ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਦੋਸਤੋ, ਤੁਹਾਡੇ ਆਪਣੇ ਹੀ ਚੈਨਲ ਦਸਤਾਵੇਜ਼ ਅਤੇ ਨਿਰੰਜਨ ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ। ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਚੈਨਲ 'ਤੇ ਹਰ ਬੁੱਧਵਾਰ ਵਾਲੇ ਦਿਨ ਮੈਂ ਪੰਜਾਬੀ ਸਾਹਿਤ ਦੀ ਕਿਸੇ ਨਵੀਂ ਛਪੀ ਚਰਚਿਤ ਅਤੇ ਆਪਣੀ ਮਨਪਸੰਦ ਪੁਸਤਕ ਬਾਰੇ ਚਰਚਾ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੁੰਦਾ ਹੈ। ਆਪਣੇ ਇਹਨਾਂ ਹੀ ਯਤਨਾਂ ਦੀ ਨਿਰੰਤਰਤਾ ਬਣਾਈ ਰੱਖਣ ਲਈ ਅੱਜ ਆਪਾਂ ਸਾਡੇ ਸੁਲਝੇ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਦੇ ਨਵੇਂ ਕਹਾਣੀ ਸੰਗ੍ਰਹਿ ਨਗੰਧੇ ਬਾਰੇ ਕੁਝ ਗੱਲਾਂ ਕਰਾਂਗੇ। ਦੋਸਤੋ, ਸਿਮਰਨ ਧਾਲੀਵਾਲ ਬਦਲਦੇ ਸਮੇਂ ਅਤੇ ਸਥਿਤੀਆਂ ਅਨੁਸਾਰ ਸ਼ਹਿਰੀ ਮੱਧ ਵਰਗੀ ਮਾਨਸਿਕਤਾ 'ਚ ਆਉਂਦੇ ਉਤਰਾਵਾਂ ਚੜ੍ਹਾਵਾਂ ਦੀ ਸਜੀਵ ਬਿਰਤਾਂਤਕਾਰੀ ਕਰਨ ਵਾਲਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿੱਚ ਮੱਧ ਵਰਗੀ ਮਾਨਸਿਕਤਾ ਵੱਲੋਂ ਕਬੂਲੇ ਇਸ ਦੇ ਅਸਰ ਦੀ ਤੀਬਰਤਾ ਅਤੇ ਤੀਖਣਤਾ ਨੂੰ ਨਵੀਂ ਸਮਾਜਿਕ ਹਕੀਕਤ ਵਜੋਂ ਪੇਸ਼ ਕਰਦੀਆਂ ਨੇ। ਭਾਵੇਂ ਇਸ ਸੰਗ੍ਰਹਿ 'ਚ ਨਗੰਦੇ ਨਾਂ ਦੀ ਕੋਈ ਕਹਾਣੀ ਸ਼ਾਮਲ ਨਹੀਂ ਹੈ, ਪਰ ਪੁਸਤਕ ਦਾ ਇਹ ਸਿਰਲੇਖ ਇਹਨਾਂ ਕਹਾਣੀਆਂ ਦੇ ਕੇਂਦਰੀ ਮੈਟਾਫਰ ਵਜੋਂ ਆਪਣੀ ਮਹੱਤਤਾ ਗ੍ਰਹਿਣ ਕਰਦਾ ਵਿਖਾਈ ਦਿੰਦਾ ਹੈ। ਜਿਵੇਂ ਰਜਾਈਆਂ ਜਾਂ ਗਦੇਲਿਆਂ ਵਿੱਚ ਭਰੇ ਨਗੰਦੇ ਰੂੰ ਅਤੇ ਅੰਦਰਲੇ ਗਲਾਫ ਨੂੰ ਆਪਸ ਵਿੱਚ ਜਕੜ ਕੇ ਰਜਾਈ ਨੂੰ ਨਿੱਘਾ ਅਤੇ ਹੰਢਣਸਾਰ ਬਣਾਉਂਦੇ ਨੇ, ਉਸੇ ਤਰ੍ਹਾਂ ਇਹ ਕਹਾਣੀਆਂ ਵੀ ਪਰਿਵਾਰਕ ਰਿਸ਼ਤਿਆਂ ਵਿੱਚ ਸੂਖਮ ਅਹਿਸਾਸਾਂ ਦੇ ਨਗੰਦੇ ਭਰ ਕੇ ਉਹਨਾਂ ਦੀ ਹੰਢਣਸਾਰਤਾ ਨੂੰ ਵਧਾਉਣ ਦਾ ਯਤਨ ਕਰਦੀਆਂ ਨੇ। ਇਹ ਕਹਾਣੀਆਂ ਮਨੁੱਖੀ ਸੋਚਾਂ ਵਿੱਚ ਉਸਰਦੇ ਘਰ ਦਾ ਬਿਰਤਾਂਤ ਪੇਸ਼ ਕਰਦਿਆਂ ਇਸ ਮਨੋਵਿਗਿਆਨਕ ਨੁਕਤੇ ਨੂੰ ਉਚੇਚੇ ਰੂਪ 'ਚ ਉਭਾਰਦੀਆਂ ਨੇ ਕਿ ਮਨੁੱਖ ਆਪਣੇ ਘਰ ਤੋਂ ਕੁਝ ਸਮੇਂ ਲਈ ਦੂਰ ਤਾਂ ਜਾ ਸਕਦਾ ਹੈ, ਪਰ ਪੂਰੀ ਤਰ੍ਹਾਂ ਟੁੱਟ ਨਹੀਂ ਸਕਦਾ। ਸੰਗ੍ਰਹਿ ਦੀ ਪਹਿਲੀ ਕਹਾਣੀ ਝਾਂਜਰਾਂ ਦਾ ਜੋੜਾ ਦੀ ਪਾਤਰ ਆਸ਼ਾ ਦੋ ਬੱਚਿਆਂ ਦੀ ਮਾਂ ਬਣਨ ਤੋਂ ਬਾਅਦ ਧਾਰਮਿਕ ਆਸਥਾ ਨਾਲ ਜੁੜ ਕੇ ਆਪਣੇ ਅਧੇੜ ਉਮਰ ਦੇ ਪਤੀ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪੈਂਦੀ ਹੈ ਤਾਂ ਘਰ ਦੇ ਟੁੱਟਣ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਇਸ ਸਥਿਤੀ 'ਚ ਪਤੀ ਵੱਲੋਂ ਆਪਣੇ ਦਫ਼ਤਰ ਦੀ ਕਲੀਗ ਨੂੰ ਭੇਟ ਕੀਤਾ ਝਾਂਜਰਾਂ ਦਾ ਜੋੜਾ ਇਸ ਟੁੱਟਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਪ੍ਰਤੀਕ ਵਜੋਂ ਪਛਾਣ ਹਾਸਲ ਕਰਦਾ ਹੈ। ਜਦੋਂ ਉਹ ਆਪਣੀ ਕੁਲੀਗ ਗੀਤਾ ਨਾਲ ਡੇਟ 'ਤੇ ਜਾਣ ਵੇਲੇ ਇਹ ਮਹਿਸੂਸ ਕਰਦਾ ਹੈ ਕਿ ਉਹ ਵੀ ਅਜੇ ਆਪਣੇ ਪਤੀ ਨਾਲ ਮਾਨਸਿਕ ਲਗਾਓ ਰੱਖਦੀ ਹੈ ਤਾਂ ਉਸ ਦੇ ਬਾਹਰ ਵੱਧਦੇ ਕਦਮ ਘਰ ਵੱਲ ਪਰਤ ਆਉਂਦੇ ਨੇ। ਘਰ ਵਾਪਸੀ ਸਮੇਂ ਉਸ ਵੱਲੋਂ ਆਪਣੀ ਪਤਨੀ ਲਈ ਖਰੀਦਿਆ ਝਾਂਜਰਾਂ ਦਾ ਨਵਾਂ ਜੋੜਾ ਹੁਣ ਘਰ ਨੂੰ ਤੋੜਨ ਦੀ ਬਜਾਏ ਜੋੜਨ ਦੇ ਨਵੇਂ ਅਰਥ ਗ੍ਰਹਿਣ ਕਰ ਲੈਂਦਾ ਹੈ। ਕਹਾਣੀ ਬਲੈਕ ਟੀ ਵੀ ਘਰ ਤੋਂ ਬਾਹਰ ਵੱਲ ਵੱਧਦੇ ਕਦਮਾਂ ਨੂੰ
ਘਰ ਵੱਲ ਮੋੜਨ ਵਾਲੀ ਭਾਵਪੂਰਤ ਕਹਾਣੀ ਹੈ। ਕਾਲਜ ਅਧਿਆਪਕ ਰਸਮੀ ਅਤੇ ਪ੍ਰਵੀਨ ਇੱਕ ਦੂਜੇ ਦੇ ਬਾਹਰੀ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਗ੍ਰਹਿਸਥੀ ਰਿਸ਼ਤੇ ਵਿੱਚ ਵੱਜਦੇ ਨੇ, ਪਰ ਵੱਖਰੇ ਵੱਖਰੇ ਸੁਭਾਵਾਂ ਕਾਰਨ ਛੇਤੀ ਹੀ ਉਹਨਾਂ ਵਿਚਕਾਰ ਤਨ ਅਤੇ ਮਨ ਦੀਆਂ ਦੂਰੀਆਂ ਪੈਦਾ ਹੋਣ ਲੱਗਦੀਆਂ ਨੇ। ਘਰ ਵਿੱਚ ਕਿਸੇ ਬੱਚੇ ਦੀਆਂ ਕਲਕਾਰੀਆਂ ਨਾ ਗੂੰਜਣ ਦੀ ਸਥਿਤੀ ਇਹਨਾਂ ਦੂਰੀਆਂ ਨੂੰ ਹੋਰ ਵਧਾਉਂਦੀ ਹੈ। ਰਸਮੀ ਸਾਹਿਤਕਾਰ ਰਵੀ ਅਤੇ ਸੰਗੀਤਕਾਰ ਸ਼ਮੀਲ ਦੇ ਸਾਥ ਵਿੱਚੋਂ ਆਪਣੇ ਅੰਦਰਲੇ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਖਲਾਅ ਭਰਨ ਦੀ ਥਾਂ ਹੋਰ ਵੀ ਡੂੰਘੇ ਤੋਂ ਡੂੰਘਾ ਹੁੰਦਾ ਜਾਂਦਾ ਹੈ। ਜਦੋਂ ਉਹ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਘੁੰਮਦੇ ਵੇਖਦੀ ਹੈ ਤਾਂ ਘਰ ਦੇ ਟੁੱਟਣ ਦਾ ਅਹਿਸਾਸ ਉਸ ਨੂੰ ਆਪਣੇ ਪਤੀ ਦੀ ਉਡੀਕ ਕਰਨ ਲਈ ਪ੍ਰੇਰਿਤ ਕਰ ਲੈਂਦਾ ਹੈ। ਇਸ ਤਰ੍ਹਾਂ ਇਸ ਕਹਾਣੀ ਵਿੱਚ ਵੀ ਘਰ ਮਨੁੱਖ ਲਈ ਸਭ ਤੋਂ ਸੁਰੱਖਿਅਤ ਠਹਿਰ ਵਜੋਂ ਆਪਣੀ ਪਛਾਣ ਸਥਾਪਿਤ ਕਰਦਾ ਵਿਖਾਈ ਦਿੰਦਾ ਹੈ। ਕਹਾਣੀ ਮਿਰਗ ਤ੍ਰਿਸ਼ਨਾ ਘਰ ਵਿੱਚੋਂ ਹੁੰਦੀ ਸਰੀਰਕ ਅਤੇ ਮਾਨਸਿਕ ਤ੍ਰਿਪਤੀ ਦੇ ਬਾਵਜੂਦ ਬੇਗਾਨੀਆਂ ਖੁਰਲੀਆਂ 'ਚ ਮੂੰਹ ਮਾਰਨ ਦੀ ਆਦਤ ਨੂੰ ਪਰਿਵਾਰਕ ਮਰਿਆਦਾ ਦਾ ਉਲੰਘਣ ਕਰਾਰ ਦਿੰਦੀ ਹੈ। ਕਹਾਣੀ ਦੇ ਨੌਜਵਾਨ ਪਾਤਰ ਸ਼ਿਵ ਦਾ ਖਿੱਚ ਪਾਊ ਵਿਅਕਤੀਤਵ ਕਾਲਜ ਦੀਆਂ ਕੁੜੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਤਾਂ ਰਸਮੀ ਊਸ਼ਾ ਅਤੇ ਬਿੰਦਰਾ ਸਮੇਤ ਕਈ ਕੁੜੀਆਂ ਦੀਆਂ ਕਹਾਣੀਆਂ ਉਸ ਦੇ ਨਾਂ ਨਾਲ ਜੁੜ ਜਾਂਦੀਆਂ ਨੇ। ਅੰਜਲੀ ਨਾਲ ਵਿਆਹ ਹੋਣ 'ਤੇ ਭਾਵੇਂ ਕੁਝ ਸਮੇਂ ਲਈ ਉਹ ਆਪਣੇ ਆਪ ਨੂੰ ਕਾਬੂ 'ਚ ਰੱਖਦਾ ਹੈ, ਪਰ ਆਪਣੀ ਪੁਰਾਣੀ ਆਦਤ ਦੇ ਚੱਲਦਿਆਂ ਉਹ ਫਿਰ ਲਿਖ ਕੁੜੀ ਸ਼ਾਲਿਨੀ ਵੱਲ ਝੁਕਾ ਰੱਖਣ ਲੱਗ ਪੈਂਦਾ ਹੈ। ਉਸ ਅੰਦਰ ਪੈਦਾ ਹੋਇਆ ਆਪਣੀ ਪਤਨੀ ਵੱਲੋਂ ਕਿਸੇ ਹੋਰ ਮਰਦ ਵੱਲ ਝੁਕਾ ਦਾ ਸ਼ੱਕ ਜੇ ਉਸ ਨੂੰ ਮਾਨਸਿਕ ਤੌਰ 'ਤੇ ਅਸ਼ਾਂਤ ਕਰਦਾ ਹੈ, ਤਾਂ ਇਸ ਸ਼ੱਕ ਦਾ ਨਿਵਾਰਨ ਉਸ ਨੂੰ ਮਾਨਸਿਕ ਰਾਹਤ ਦੇਣ ਦੇ ਨਾਲ ਨਾਲ ਆਪਣੀ ਗਲਤੀ ਦਾ ਅਹਿਸਾਸ ਵੀ ਕਰਾਉਂਦਾ ਹੈ। ਕਹਾਣੀ ਰਮਜਾਂ ਗ੍ਰਹਿਸਥੀ ਜੀਵਨ ਦੀਆਂ ਉਹਨਾਂ ਰਮਜਾਂ ਦੀ ਗੱਲ ਕਰਦੀ ਹੈ ਜਿਹੜੀਆਂ ਘਰ ਪਰਿਵਾਰ ਨੂੰ ਤਿੜਕਣ ਅਤੇ ਟੁੱਟਣ ਤੋਂ ਬਚਾਈ ਰੱਖਦੀਆਂ ਨੇ। ਕਹਾਣੀ ਦੀ ਪਾਤਰ ਰਾਧਿਕਾ ਤੁਣਕ ਮਜਾਜ ਅਤੇ ਗੁੱਸੇਖੋਰ ਹੋਣ ਦੇ ਬਾਵਜੂਦ ਆਪਣੇ ਪਰਿਵਾਰਕ ਫਰਜ਼ਾਂ ਦੀ ਪੂਰਤੀ ਇਮਾਨਦਾਰੀ ਨਾਲ ਕਰਦੀ ਹੈ। ਪਤੀ ਪਤਨੀ ਦੇ ਰਿਸ਼ਤੇ ਵਿਚਲੀਆਂ ਰਮਜਾਂ ਨੂੰ ਨਾ ਸਮਝ ਸਕਣ ਕਾਰਨ 308 ਨੰਬਰ ਫਲੈਟ ਵਿੱਚ ਰਹਿਣ ਵਾਲੇ ਜੋੜੇ ਨੂੰ ਘਰ ਵਿੱਚ ਪੈਦਾ ਹੋਏ ਤਣਾਅ ਦਾ ਆਪਸੀ ਤਲਾਕ ਲੈਣ ਤੋਂ ਇਲਾਵਾ ਕੋਈ ਬਦਲ ਵਿਖਾਈ ਨਹੀਂ ਦਿੰਦਾ, ਪਰ ਰਾਧਿਕਾ ਅਤੇ ਪਵਨ ਰੋਜ਼ਾਨਾ ਆਪਸੀ ਤਕਰਾਰ ਦੇ ਚੱਲਦਿਆਂ ਵੀ ਇਸ ਬਦਲ ਬਾਰੇ ਨਹੀਂ ਸੋਚਦੇ। ਕਹਾਣੀ ਵਿਚਲੀ ਇਹ ਰਮਜ਼ ਬਹੁਤ ਸਾਰੇ ਟੁੱਟਣ ਕਿਨਾਰੇ ਪਹੁੰਚੇ ਘਰਾਂ ਨੂੰ ਟੁੱਟਣ ਤੋਂ ਬਚਾ ਸਕਦੀ ਹੈ ਕਿ ਗ੍ਰਹਿਸਥੀ ਜੀਵਨ ਵਿੱਚ ਸਭ ਕੁਝ ਆਪਣੀ ਮਰਜ਼ੀ ਅਨੁਸਾਰ ਨਹੀਂ ਚੱਲਦਾ,
ਸਗੋਂ ਇਸ ਨੂੰ ਬਣਾਈ ਰੱਖਣ ਲਈ ਬਹੁਤ ਸਾਰੇ ਸਮਝੌਤੇ ਵੀ ਕਰਨੇ ਪੈਂਦੇ ਨੇ। ਕਹਾਣੀ ਚੌਂ ਕਦਮਾਂ ਦੀ ਵਾਟ, ਜੀਵਨ ਸਾਥ ਅਧਵਾਟੇ ਹੀ ਟੁੱਟ ਜਾਣ ਕਾਰਨ ਇਕੱਲਤਾ ਦਾ ਮਹਾਸੰਤਾਪ ਭੋਗ ਰਹੇ ਲੋਕਾਂ ਦੀ ਮਨੋਦਸ਼ਾ ਨੂੰ ਬਿਆਨਦੀ ਮਾਰਮਿਕ ਕਹਾਣੀ ਹੈ। ਕਹਾਣੀ ਦੇ ਪਾਤਰ ਭਾਨ ਸਿੰਘ ਅਤੇ ਜਗੀਰ ਸਿੰਘ ਰਿਸ਼ਤੇ ਵਿੱਚ ਸਾਲਾ ਭਨੋਈਆ ਨੇ। ਦੋਵਾਂ ਦੀਆਂ ਪਤਨੀਆਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਣ ਕਾਰਨ ਉਹ ਇੱਕ ਦੂਜੇ ਦਾ ਦਰਦ ਪਛਾਣਦੇ ਨੇ। ਦੋਵੇਂ ਆਪਣੇ ਸਾਂਝੇ ਜਾਣਕਾਰ ਗੋਪਾਲੇ ਰਾਹੀਂ ਯੂਪੀ ਬਿਹਾਰ ਤੋਂ ਔਰਤਾਂ ਲਿਆ ਕੇ ਇਕੱਲਤਾ ਦੇ ਸੰਤਾਪ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਪਰ ਲੋਕਾਚਾਰੀ ਤੋਂ ਡਰਦੇ ਅਜਿਹਾ ਨਹੀਂ ਕਰ ਸਕਦੇ। ਭਾਨ ਸਿੰਘ ਦੇ ਜਵਾਨ ਪੁੱਤਰ ਦੀ ਮੌਤ ਹੋਣ ਨਾਲ ਉਹ ਹੋਰ ਵੀ ਇਕੱਲਾ ਪੈ ਜਾਂਦਾ ਹੈ, ਤਾਂ ਕਹਾਣੀ ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ ਇੱਕ ਨਵਾਂ ਮੋੜ ਘੜਦੀ ਹੈ। ਪੋਤੇ ਪੋਤੀ ਅਤੇ ਆਪਣੀ ਸੰਭਾਲ ਲਈ ਆਪਣੀ ਜਵਾਨ ਨੂੰ ਆਪਣੇ ਘਰ ਵਿੱਚ ਰੱਖਣ ਜਾਂ ਉਸ ਨੂੰ ਆਪਣੇ ਵਰਗੀ ਇਕੱਲਤਾ ਤੋਂ ਬਚਾਉਣ ਲਈ ਦੁਬਾਰਾ ਵਿਆਹ ਕਰਾਉਣ ਦੀ ਆਗਿਆ ਦੇਣ ਵਿੱਚੋਂ ਇੱਕ ਰਾਹ ਚੁਣਨ ਦਾ ਦਵੰਧ ਭਾਨ ਸਿੰਘ ਨੂੰ ਦੌਰਾਹੇ 'ਤੇ ਲਿਆ ਖੜਾ ਕਰਦਾ ਹੈ। ਤਾਂ ਸਾਲਾ ਭੜੋਈਆ ਮਿਲ ਕੇ ਜਿਹੜਾ ਰਾਹ ਤਲਾਸ਼ ਕਰਦੇ ਨੇ, ਉਹ ਰਾਹ ਨੂੰਹ ਵੱਲੋਂ ਆਪਣੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੇ ਜਾਣ ਦੇ ਹੱਕ 'ਚ ਭੁਗਤਦਾ ਹੈ। ਕਹਾਣੀ ਫਲੈਟ ਨੰਬਰ 13 ਇਸ ਵਿਸ਼ੇ ਦਾ ਅਗਲਾ ਵਿਸਥਾਰ ਤਲਾਸ਼ ਕਰਦੀ ਹੈ। ਕਿਸੇ ਸਮੇਂ ਸਾਰੇ ਘਰ 'ਤੇ ਹੁਕਮ ਚਲਾਉਣ ਵਾਲਾ ਸਾਬਕਾ ਬੈਂਕ ਮੈਨੇਜਰ ਪੁਰਸ਼ੋਤਮ ਦਾਸ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਿਲਕੁਲ ਇਕੱਲਾ ਪੈ ਜਾਂਦਾ ਹੈ। ਹੋਰਨਾਂ ਸ਼ਹਿਰਾਂ ਵਿੱਚ ਕਾਰੋਬਾਰ ਕਰਦੇ ਉਸ ਦੇ ਦੋਵੇਂ ਪੁੱਤਰ ਉਸ ਨੂੰ ਆਪਣੇ ਨਾਲ ਚੱਲਣ ਲਈ ਨਹੀਂ ਆਖਦੇ, ਸਗੋਂ ਖਾਨਦਾਨੀ ਘਰ ਵੇਚ ਕੇ ਉਸ ਨੂੰ ਇੱਕ ਛੋਟੇ ਜਿਹੇ ਫਲੈਟ 'ਚ ਰਹਿਣ ਲਈ ਮਜਬੂਰ ਕਰ ਦਿੰਦੇ ਨੇ। ਦੂਸਰੇ ਪਾਸੇ ਆਪਣੀ ਧੀ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਅਜੀਤ ਕੌਰ ਵੀ ਉਸ ਦੇ ਨੇੜਲੇ 13 ਨੰਬਰ ਦੇ ਫਲੈਟ 'ਚ ਇਕੱਲੀ ਰਹਿ ਰਹੀ ਹੈ। ਦੋਵੇਂ ਆਪਣੇ ਅੰਦਰਲੇ ਖਾਲੀਪਣ ਨੂੰ ਭਰਨ ਲਈ ਇੱਕ ਦੂਜੇ ਦਾ ਸਾਥ ਲੋੜਦੇ ਨੇ, ਪਰ ਦੋਹਾਂ ਦੀ ਔਲਾਦ ਇਸ ਨੇੜਤਾ ਨੂੰ ਆਪਣੀ ਪਰਿਵਾਰਕ ਬਦਨਾਮੀ ਦਾ ਕਾਰਨ ਸਮਝਦੀ ਹੈ। ਇੱਥੇ ਇਹ ਕਹਾਣੀ ਮਾਂ ਦਾ ਕਾਲਜਾ ਕੱਢ ਕੇ ਲਿਜਾਣ ਵਾਲੇ ਪੁੱਤਰ ਦੇ ਠੇਡਾ ਵੱਜਣ 'ਤੇ ਵੀ ਮਾਂ ਦੇ ਦਿਲ ਵੱਲੋਂ ਉਸ ਦੀ ਪੀੜ ਮਹਿਸੂਸ ਕਰਨ ਦੀ ਮਿੱਥ ਦਾ ਰੂਪਾਂਤਰਣ ਕਹਾਣੀ ਵਿਚਲੀ ਮਾਂ ਅਜੀਤ ਕੌਰ ਦੀ ਗੁੱਸੇ ਭਰੀ ਚੁੱਪ ਦੇ ਰੂਪ 'ਚ ਕਰਕੇ ਇਕੱਲੇ ਪਏ ਮਾਪਿਆਂ ਦਾ ਪੱਖ ਵੀ ਪੂਰਦੀ ਹੈ ਅਤੇ ਉਹਨਾਂ ਅੰਦਰਲੇ ਰੋਸ ਦਾ ਪ੍ਰਗਟਾਵਾ ਵੀ ਪ੍ਰਭਾਵਸ਼ਾਲੀ ਰੂਪ 'ਚ ਕਰਦੀ ਹੈ। ਕਹਾਣੀ ਰੋਸ ਦੇ ਅਜੋਕੇ ਵਿਅਕਤੀਵਾਦੀ ਯੁੱਗ 'ਚ ਪਿਆਰ ਦੇ ਨਾਂ 'ਤੇ ਖੇਡੀ ਜਾ ਰਹੀ ਛਲਾਵੇ ਦੀ ਖੇਡ ਨੂੰ ਆਪਣੇ ਫੋਕਸ 'ਚ ਰੱਖਦੀ ਹੈ। ਸੰਗੀਤ ਦਾ ਪ੍ਰੋਫੈਸਰ ਮਿਸਟਰ ਨਵਰਾਜ ਇਸ ਭੁਲੇਖੇ ਦਾ ਸ਼ਿਕਾਰ ਹੈ ਕਿ ਮੈਥ ਵਿਸ਼ੇ ਦੀ ਪ੍ਰੋਫੈਸਰ ਮਿਸਰੂਜੀ ਉਸ ਦੀ ਸੰਗੀਤ ਕਲਾ ਦੀ ਸੱਚੀ ਪ੍ਰਸ਼ੰਸਕ ਹੈ। ਭਾਵੇਂ ਪ੍ਰੋਫੈਸਰ ਬਲਕਰਨ ਉਸ ਨੂੰ ਸੁਚੇਤ ਵੀ ਕਰਦਾ ਹੈ, ਪਰ ਰੋਜੀ ਦੀਆਂ ਮਿੱਠੀਆਂ ਗੱਲਾਂ ਦੇ ਬਹਿਕਾਵੇ ਵਿੱਚ ਆ ਕੇ ਉਹ ਉਸੇ ਤਰ੍ਹਾਂ ਹੀ ਵਰਤਿਆ ਜਾਂਦਾ ਹੈ ਜਿਵੇਂ ਰੋਜੀ ਉਸ ਨੂੰ ਵਰਤਣਾ ਚਾਹੁੰਦੀ ਹੈ।
ਜਦੋਂ ਰੋਜ਼ ਡੇ ਵਾਲੇ ਦਿਨ ਉਹ ਉਸ ਨੂੰ ਗੁਲਾਬ ਦਾ ਫੁੱਲ ਭੇਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮਨ ਬਣਾ ਲੈਂਦਾ ਤਾਂ ਰੁਜੀ ਆਪਣੇ ਕਿਸੇ ਪੁਰਾਣੇ ਜਮਾਤੀ ਪਾਸੋਂ ਫੁੱਲ ਸਵੀਕਾਰ ਕੇ ਉਸ ਦੇ ਸਾਰੇ ਸੁਪਨੇ ਤੋੜ ਦਿੰਦੀ ਹੈ। ਕਹਾਣੀ ਦੇ ਪਾਠ ਦੇ ਸ਼ੁਰੂ ਵਿੱਚ ਹੀ ਪਾਠਕਾਂ ਨੂੰ ਇਹ ਅਨੁਮਾਨ ਹੋ ਜਾਂਦਾ ਹੈ ਕਿ ਉਸ ਦਾ ਇਹ ਭਰਮ ਜ਼ਰੂਰ ਟੁੱਟੇਗਾ। ਇਸ ਤਰ੍ਹਾਂ ਕਹਾਣੀ ਆਪਣੇ ਅੰਤ ਤੋਂ ਪਹਿਲਾਂ ਹੀ ਆਪਣੇ ਰਹੱਸ ਦਾ ਖੁਲਾਸਾ ਕਰਕੇ ਪਾਠਕੀ ਜਗਿਆਸਾ ਦਾ ਅੰਤ ਆਪਣੀ ਸਮਾਪਤੀ ਤੋਂ ਪਹਿਲਾਂ ਹੀ ਕਰ ਦਿੰਦੀ ਹੈ। ਕਹਾਣੀ ਬਿਨ ਸਰਨਾਵਾਂ ਬੰਦਾ। ਆਪਾ ਧਾਪੀ ਵਾਲੇ ਇਸ ਯੁੱਗ ਵਿੱਚ ਮਨੁੱਖ ਦੀ ਪਛਾਣ ਨੂੰ ਪੈਦਾ ਹੋਏ ਸ਼ੰਕਟ ਵੱਲ ਧਿਆਨ ਦਿਵਾਉਂਦੀ ਬਹੁ ਪਰਤੀ ਕਹਾਣੀ ਹੈ। ਕਹਾਣੀ ਦੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ ਦਾਰਾ ਸਿੰਘ ਵਰਗੇ ਧਨੀ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨਾਲ ਸਦੀਆਂ ਤੋਂ ਚੱਲੀ ਆ ਰਹੀ ਸਾਂਝ ਨੂੰ ਖੇਤ ਵਿਚਲੀ ਟਾਹਲੀ ਵਾਂਗ ਹੀ ਪੁੱਟ ਕੇ ਸੁੱਟ ਦਿੰਦੇ ਨੇ। ਪੰਜ ਭੈਣਾਂ ਦਾ ਇਕੱਲਾ ਭਰਾ ਨਿੱਕਾ ਸਿੰਘ ਆਪਣੇ ਪਿਤਾ ਪੁਰਖੀ ਕਰਜ਼ੇ ਕਾਰਨ ਦਾਰਾ ਸਿੰਘ ਦੇ ਬੇਤਰਸ ਅਤੇ ਅਮਾਨਵੀ ਵਿਵਹਾਰ ਨੂੰ ਸਹਿਣ ਕਰਦਿਆਂ ਵੀ ਉਸ ਨਾਲ ਸੀਰ ਜਾਰੀ ਰੱਖਣ ਲਈ ਮਜਬੂਰ ਹੈ। ਮਨੁੱਖ ਤੋਂ ਉਸ ਦੀ ਮਨੁੱਖੀ ਪਛਾਣ ਹੋਣ ਵਾਲਾ ਵਰਤਾਰਾ ਉਸ ਸਮੇਂ ਵਾਪਰਦਾ ਹੈ ਜਦੋਂ ਨਿੱਕਾ ਸਿੰਘ ਦੇ ਬਾਪੂ ਦੀ ਮੌਤ ਹੋ ਜਾਣ 'ਤੇ ਉਸ ਨੂੰ ਖੁੱਲ੍ਹ ਕੇ ਰੋਣ ਦਾ ਮੌਕਾ ਵੀ ਨਹੀਂ ਮਿਲਦਾ। ਆਪਣਾ ਦੁੱਖ ਜ਼ਾਹਰ ਕਰਨ ਤੋਂ ਪਹਿਲਾਂ ਦਾਰਾ ਸਿੰਘ ਦੇ ਘਰ ਦੀਆਂ ਮੱਝਾਂ ਨੂੰ ਪੱਠੇ ਪਾਉਣ ਦੀ ਮਜਬੂਰੀ ਉਸ ਦੀ ਮਾਨਸਿਕ ਪੀੜ ਦੀ ਤਰਜਮਾਨ ਬਣ ਕੇ ਪਾਠਕਾਂ ਨੂੰ ਵੀ ਧੁਰ ਅੰਦਰ ਤੱਕ ਬੇਚੈਨ ਕਰ ਦਿੰਦੀ ਹੈ। ਦੋਸਤੋ, ਇਹ ਸਾਰੀਆਂ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੀ ਨੀਂਹ ਮਜ਼ਬੂਤ ਕਰਨ 'ਚ ਆਪਣਾ ਸਕਾਰਾਤਮਕ ਯੋਗਦਾਨ ਪਾਉਣ ਵਾਲੀਆਂ ਨੇ। ਭਾਵੇਂ ਕਹਾਣੀਆਂ ਦੇ ਵਿਸ਼ੇ ਨਵੇਂ ਨਹੀਂ ਨੇ, ਪਰ ਇਹਨਾਂ ਵਿਸ਼ਿਆਂ ਦਾ ਨਿਭਾਅ ਉਸ ਆਪਣੀਆਂ ਮਨ ਭਾਉਂਦੀਆਂ ਨਵੀਆਂ ਕਲਾਤਮਕ ਜੁਗਤਾਂ ਰਾਹੀਂ ਕੀਤਾ ਹੈ। ਇਹਨਾਂ ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਬਹੁਤ ਚੁਸਤ ਅਤੇ ਇਹਨਾਂ ਦੇ ਸੁਭਾਵਾਂ ਦੇ ਅਨੁਸਾਰੀ ਹੈ। ਕਹਾਣੀਆਂ ਵਿਚਲਾ ਕਥਾ ਰਸ ਪਾਠਕਾਂ ਦਾ ਧਿਆਨ ਕਹਾਣੀ ਪਾਠ ਤੋਂ ਇੱਧਰ ਉੱਧਰ ਨਹੀਂ ਜਾਣ ਦਿੰਦਾ। ਪਰਿਵਾਰਕ ਰਿਸ਼ਤਿਆਂ ਦੀ ਉਮਰ ਵਧਾਉਣ ਵਾਲੇ ਇਸ ਸੰਗ੍ਰਹਿ ਦਾ ਮੈਂ ਹਾਰਦਿਕ ਸਵਾਗਤ ਕਰਦਾ। ਧੰਨਵਾਦ।